ਮਤਲਬ ਜਿਹੜਾ ਆਪਾਂ ਡਾਰਕ ਵੈਬ ਕਹਿੰਨੇ ਆ ਨਾ ਡਾਰਕ ਵੈਬ ਟਰਮ ਹੀ ਜਿਹੜੀ ਇਹ ਆਈ ਉਹ ਤੋਂ ਟੋਰ ਬ੍ਰਾਊਜ਼ਰ ਦੇ ਮਤਲਬ ਜਦੋਂ ਟੋਰ ਬ੍ਰਾਊਜ਼ਰ ਬਣਿਆ ਆ ਨਾ ਟੋਰ ਬ੍ਰਾਊਜ਼ਰ ਦੇ ਨਾਲ ਹੀ ਇਹ ਟਰਮ ਆਈ ਹੈ ਡਾਰਕ ਵੈਬ ਕਿਉਂਕਿ ਜਿਹੜਾ ਟੋਰ ਬ੍ਰਾਊਜ਼ਰ ਆ ਉਹ ਮੇਨਲੀ ਫੋਕਸ ਕਰਦਾ ਥੋੜੀ ਪ੍ਰਾਈਵੇਸੀ ਤੇ ਜਿਵੇਂ ਕਿ ਤੁਸੀਂ ਤੁਹਾਡਾ ਆਈਪੀ ਐਡਰੈਸ ਲੁਕੋਦਾ ਨਾ ਜਿਵੇਂ ਉਹ ਨੋਡ ਸਿਸਟਮ ਹੁੰਦੇ ਆ ਨਾ ਕਿ ਉਹ ਅਲੱਗ-ਅਲੱਗ ਜਿਵੇਂ ਕਹਿੰਦੇ ਆ ਕਿ ਉਹਨਾਂ ਦੀ ਜਿਹੜਾ ਥੋੜਾ ਆਈਪੀ ਐਡਰੈਸ ਆ ਉਹ ਉਹਨੂੰ ਮਾਸਕ ਕਰ ਦਿੰਦਾ ਕਿ ਤੁਹਾਡਾ ਤੁਹਾਡੇ ਚਾਰ ਪੰਜ ਲੋਕੇਸ਼ਨਾਂ ਦੱਸ ਦਿੰਦਾ ਜਿਵੇਂ VPN ਜਿਵੇਂ ਫਾਰ ਐਗਜ਼ਾਮਪਲ VPN ਨਾਲ ਕਿ ਡਿਫਰੈਂਟ ਚੀਜ਼ ਹੁੰਦੀ ਹੈ ਉਵੇਂ ਹੀ ਤੁਹਾਡਾ ਜਿਹੜਾ ਟੋਰ ਬ੍ਰਾਊਜ਼ਰ ਆ ਉਹਦੇ ਵਿੱਚ ਟੋਰ ਨੈਟਵਰਕ ਬਣਾਇਆ ਉਹਨਾਂ ਨੇ ਟੋਰ ਨੈਟਵਰਕ ਆਏਗਾ ਇਹ ਕਰਦਾ ਹੈ ਕਿ ਉਹ ਤੁਹਾਡੀ ਜਿਹੜੀ ਲੋਕੇਸ਼ਨ ਤੁਸੀਂ ਜਿਵੇਂ ਫਾਰ ਐਗਜ਼ਾਮਪਲ ਟੋਰ ਬ੍ਰਾਊਜ਼ਰ ਤੇ ਇੰਟਰਨੈਟ ਬ੍ਰਾਊਜ਼ ਕਰਨ ਲੱਗੇ ਤੁਸੀਂ ਬ੍ਰਾਊਜ਼ ਕਰਨ ਲੱਗੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਜਿਹੜੀ ਕਮਾਂਡ ਤੁਸੀਂ ਡਾਟਾ ਦਿੱਤਾ ਉਹ ਉਹਨੂੰ ਤੁਹਾਡੀ ਲੋਕੇਸ਼ਨ ਨੂੰ ਲੁਕੋ ਕੇ ਉਹ ਅਲੱਗ-ਚਾਰ ਲੋਕੇਸ਼ਨਾਂ ਨੂੰ ਭੇਜ ਦਿੰਦਾ ਕਿ ਉਹਨੂੰ ਐ ਲੱਗਦਾ ਕਿ ਤੁਹਾਡੀ ਰੀਅਲ ਲੋਕੇਸ਼ਨ ਨਹੀਂ ਤੁਹਾਨੂੰ ਥੋੜੇ ਪਤਾ ਲੱਗਦੀ IP ਐਡਰੈਸ ਮਤਲਬ ਹਾਂ ਲੁਕੋ ਦਿੰਦਾ IP ਐਡਰੈਸ ਡਾਇਰੈਕਟਲੀ ਨਹੀਂ ਉਹ ਕਰਦਾ ਬਿਲਕੁਲ ਕਿ ਤੇ ਮਤਲਬ ਜਾਂ ਉਹਦੀ ਮਨ ਲੱਗਦਾ ਐਕਸਟੈਂਸ਼ਨ ਜਿਵੇਂ ਨਾਰਮਲ ਵੈਬਸਾਈਟ ਐਂਡ ਐਕਸਟੈਂਸ਼ਨ.com ਹੁੰਦੀ ਆ .co ਹਨਾ ਉਹਨਾਂ ਦੀ ਐਕਸਟੈਂਸ਼ਨ ਵੀ ਜੇ ਆਪਾਂ ਟੋਰ ਬ੍ਰਾਊਜ਼ਰ ਯੂਜ਼ ਕਰਦੇ ਆ ਤਾਂ ਉਹਦੀ ਐਕਸਟੈਂਸ਼ਨ ਵੀ ਡਾਟ ਅਨੀਅਨ ਹੁੰਦੀ ਆ ਉਹਨਾਂ ਦੀ ਵੈਬਸਾਈਟ ਦੀ ਦਾ ਅਨੀਅਨ ਰਾਉਟਰ ਟੋਰ ਆਣਾ ਯਾ ਦਾ ਫੁੱਲ ਫਾਰਮ ਇਜ਼ ਦਾ ਅਨੀਅਨ ਰਾਉਟਰ ਰਾਉਟਰ ਯਾ ਦਾ ਅਨੀਅਨ ਰਾਉਟਰ ਪ੍ਰੋਜੈਕਟ ਆਣਾ ਇਹ 1990 ਦੇ ਵਿੱਚ ਮਿਲਦਾ 1990 ਦੇ ਸਟਾਰਟ ਹੋਇਆ ਤੇ ਮਿਡ 90s ਦੇ ਵਿੱਚ ਬਣਾਉਦਾ ਸੀ ਇਹਨਾਂ ਨੇ ਇਹ ਨੀਵੀ ਆਲੇ ਲਈ ਬਣਾਇਆ ਸੀ ਕਹਿੰਦੇ ਹਾਂ ਹਾਂ ਇੰਨੀ ਵੀ ਆਲੇ ਯੂਐਸ ਨੀਵੀ ਆਨ ਨੀਵੀ ਰਿਸਰਚ ਵਿੰਗ ਨੇ ਇਹਨਾਂ ਨੇ ਇਹ ਚੀਜ਼ ਪਹਿਲਾਂ ਸਪਾਈ ਸਪਾਈਸ ਵਾਸਤੇ ਬਣਾਈ ਸੀ ਉਹਨਾਂ ਦੀ ਕਮਿਊਨੀਕੇਸ਼ਨ ਜਿਹੜੀ ਮਤਲਬ ਉਹ ਪ੍ਰਾਈਵੇਟ ਹੋ ਸਕੇ ਹਨਾ ਕਿ ਉਹਨਾਂ ਦਾ ਡ ਉਸ ਤੋਂ ਬਾਅਦ ਇਹਨਾਂ ਨੇ ਬ੍ਰਾਊਜ਼ਰ ਬਣਾਤਾ ਇਹਦਾ ਮਤਲਬ ਇਹਨੂੰ ਰੀਮਾਸਟਰ ਕਰਕੇ ਥੋੜਾ ਜਿਹਾ ਉਹਦੇ ਵਿੱਚ ਇੰਪਰੂਵਮੈਂਟਸ ਕਰਕੇ ਜਦੋਂ ਜਿਹੜਾ ਟੋਰ ਬ੍ਰਾਊਜ਼ਰ ਆ ਇਹ ਇਹਦੇ ਵਰਗੇ ਹੀ ਹੋਰ ਬ੍ਰਾਊਜ਼ਰ ਵੀ ਹੈਗੇ ਆ ਜਿਵੇਂ ਆਈ 2 ਪੀ ਐਕ ਬ੍ਰਾਊਜ਼ਰ ਆ ਉਹ ਵੀ ਸੇਮ ਹੀ ਮਤਲਬ ਆਈ ਪੀ ਐਡਰੈਸ ਨਾਲ ਲੱਗੋਗੇ ਕੰਮ ਮਤਲਬ ਆਹੀ ਕੰਮ ਕਰਦੇ ਨੇ ਹਾਂ ਮਤਲਬ ਤੁਹਾਨੂੰ ਤੇ ਇਹਦੇ ਕਰਕੇ ਜਿਵੇਂ ਮੈਂ ਕਿਹਾ ਡਾਰਕ ਵੈਬ ਦੀ ਟਰਮ ਜਿਹੜੀ ਇਹਦੀ ਨਾਲ ਕਿਉਂ ਰਿਲੇਟ ਕਰਦੀ ਆ ਕਿਉਂਕਿ ਜੇ ਜਦੋਂ ਟੋਰ ਬ੍ਰਾਊਜ਼ਰ ਬਣਿਆ ਉਸਦੇ ਨਾਲ ਹੀ ਜਿਹੜਾ ਡਾਰਕ ਵੈਬ ਇੱਥੇ ਲੋਕੀ ਅਨੋਨਿਮਸ ਸਰਵਰ ਆਪਦੇ ਜਿਵੇਂ ਸਰਵਰ ਹੁੰਦੇ ਆ ਨਾ ਸਰਵਰ ਕਲਾਇੰਟ ਨੂੰ ਪਤਾ ਕਿ ਕੋਈ ਵੈਬਸਾਈਟਾਂ ਉਹ ਜੀਆਂ ਬਣਾਉਣ ਲੱਗੇ ਅਨੋਨਿਮਸ ਰਹਿ ਕੇ ਕਿ ਤੁਹਾਨੂੰ ਪਤਾ ਹੀ ਨਹੀਂ ਕਿਹਨੇ ਬਣਾਈ ਆ ਵੈਬਸਾਈਟ ਇਹ ਉਹਦੇ ਵਿੱਚ ਚਾਈਲਡ ਪੋਰਨੋਗ੍ਰਾਫੀ ਥੋੜੀ ਹੋ ਗਈ ਹੈ ਨਾ ਥੋੜਾ ਹੋਰ ਬਹੁਤ ਇਲਿਸੀਟ ਕੰਟੈਂਟ ਹੋ ਗਿਆ ਨਾ ਤੇ ਮਾਰਕਟਾਈ ਹੋ ਗਈ ਤੇ ਉਹਦੇ ਹਾਂ ਉਹਦੇ ਵਿੱਚ ਮਤਲਬ ਨਾ ਤਾਂ ਉਹ ਚੀਜ਼ ਨੇ ਮਤਲਬ ਇੱਕ ਸਾਫ ਦਾ ਬੜਾਵਾ ਵੀ ਦਿੱਤਾ ਉਹ ਚੀਜ਼ ਨੂੰ ਜਿਵੇਂ ਤੁਸੀਂ ਕਿਹਾ ਕਿ ਪੋਜ਼ਿਟਿਵ ਵਾਸਤੇ ਯੂਜ਼ ਕੀਤਾ ਸੀ ਯੂਜ਼ ਹੁੰਦਾ ਸੀ ਪਹਿਲਾਂ ਜਿਵੇਂ ਸਪਾਈਸ ਨੂੰ ਉਹਨਾਂ ਨੇ ਆਪਦੀ ਗਵਰਨਮੈਂਟ ਵਾਸਤੇ ਕੰਮ ਸੀਗਾ ਉਹ ਹੁਣ ਵੀ ਗਵਰਨਮੈਂਟ ਯੂਜ਼ ਕਰਦੀ ਇਹਨਾਂ ਹੋਣਗੀਆਂ ਮਤਲਬ ਨਾਟ ਓਨਲੀ ਪਹਿਲਾਂ ਹੁਣ ਬਾਕੀ ਜਿਵੇਂ ਪੋਜ਼ਿਟਿਵ ਦੀ ਗੱਲ ਕਰਦੇ ਆ ਇਹ ਤਾਂ ਚਲੋ ਆਪਾਂ ਪਹਿਲਾਂ ਪੋਜ਼ਿਟਿਵ ਡਿਸਕਸ ਕਰ ਲੈਂਦੇ ਆ ਨਾ ਇੱਕ ਸਿਕਿਉਰ ਡ੍ਰੌਪ ਸਿਕਿਉਰ ਡ੍ਰੌਪ ਨਾਂ ਦਾ ਪ੍ਰੋਜੈਕਟ ਸੀਗਾ ਨਾ ਓਪਨ ਸੋਰਸ ਪ੍ਰੋਜੈਕਟ ਬਈ ਜਿਵੇਂ ਪਬਲਿਕ ਨੂੰ ਪਬਲੀਕਲੀ ਅਵੇਲੇਬਲ ਆ ਹੋ ਉਹ ਵੱਡੇ ਵੱਡੇ ਨਿਊਜ਼ ਚੈਨਲ ਜਿਵੇਂ ਦਾ ਗਾਰਡੀਅਨ ਨਿਊਯਾਰਕ ਟਾਈਮ ਹੋ ਗਿਆ ਵਾਸ਼ਿੰਗਟਨ ਪੋਸਟ ਹੋ ਗਈ ਹੈ ਨਾ ਇਹਨਾਂ ਦੇ ਕੋਲੇ ਇਹ ਮਤਲਬ ਯੂਜ਼ ਕਰਦੇ ਆ ਉਹ ਚੀਜ਼ ਨੂੰ ਸਿਕਿਉਰ ਡ੍ਰੌਪ ਨੂੰ ਕਿ ਵਿਸਲ ਬਲੋਅਰ ਪ੍ਰੋਗਰਾਮ ਹੈ ਇਹਦੇ ਹਿਸਾਬ ਦਾ ਕਿ ਕੋਈ ਵੀ ਬੰਦੇ ਜਿਹਦੇ ਕੋਲੇ ਕੋਈ ਐਜੀ ਇਨਫੋਰਮੇਸ਼ਨ ਹੈਗੀ ਆ ਉਹ ਬੰਦਾ ਦੱਸਣਾ ਚਾਹੁੰਦਾ ਹੈ ਨਾ ਤੇ ਉਹ ਆਪਦਾ ਨਾਮ ਲੁਕੋ ਕੇ ਦੱਸ ਇੱਥੇ ਦੱਸ ਸਕਦਾ ਹਾਂ ਉਹ ਜਿਵੇਂ ਨੇ ਕਿਹਾ ਕਿ .onion ਨਾਂ ਦੀ ਫਾਈਲ ਹੁੰਦੀ ਹੈ ਨਾ ਉਹ ਮਤਲਬ ਨਿਊਜ਼ ਆਰਗੇਨਾਈਜੇਸ਼ਨ ਪ੍ਰੋਵਾਈਡ ਕਰਦੀ ਆ ਉਹਨੂੰ ਕਿਆ ਅਡਰੈਸ ਤੇ ਜਾ ਟੋਰ ਬ੍ਰਾਊਜ਼ਰ ਤੇ ਜਾ ਕੇ ਭੇਜਦੀ ਐ ਐਕਸਟੈਂਸ਼ਨ ਆ ਐਕਸਾ ਉਹਦਾ ਵੀ ਮਨੂੰ ਟੋਰ ਬ੍ਰਾਊਜ਼ਰ ਤੇ ਚਲਾ ਕੇ ਹਨਾ ਉਹ ਉੱਥੇ ਜਾਊਗਾ ਤੇ ਉੱਥੇ ਗਾਂ ਆਪਦਾ ਸੀਕ੍ਰੀਟਲੀ ਮੈਸੇਜ ਦਾ ਸਕਦਾ ਉਹਨਾਂ ਨੂੰ ਕਿ ਵੀ ਆਹ ਇਨਫੋਰਮੇਸ਼ਨ ਆ ਮੇਰੇ ਕੋਲੇ ਤੇ ਜਿਵੇਂ ਪੋਜ਼ਿਟਿਵ ਇਹ ਪੋਸਟ ਪੋਜ਼ਿਟਿਵ ਅਸਪੈਕਟ ਆ ਸੈਂਸਰਸ਼ਿਪ ਹੋ ਗਈ ਆ ਬਸ ਤੁਸੀਂ ਪ੍ਰਾਈਵੇਟ ਚੈਟ ਵਗੈਰਾ ਵੀ ਕਰ ਸਕਦੇ ਹੋ ਰਾਈਟ ਕਿ ਥੋੜੀ অথেন্টিਕੇਸ਼ਨ ਲੱਗ ਜਾਂਦੀ ਹੈ ਇਨਕ੍ਰਿਪਸ਼ਨ ਆ ਜਾਂ ਇਨਸਿਪਲ ਵਰਡਸ ਜੇ ਆਪਾਂ ਕਹੇ ਇਹ ਵੀ ਆ ਟੋਰ ਲਾਈਕ ਇਹ ਬ੍ਰਾਊਜ਼ਰਸ ਨੂੰ ਆਪ ਆਪਾਂ ਇਹ ਇਲੀਗਲ ਆ ਕਿ ਲੀਗਲ ਆ ਹੈਟਰ ਲੀਗਲ ਆ ਪਰ ਇਹਨਾਂ ਚ ਇਲੀਗਲ ਐਕਟੀਵਿਟੀਜ਼ ਹੋ ਰਹੀਆਂ ਵਾ ਤੇ ਇਹਨੂੰ ਸਹੀ ਕੰਮ ਲਈ ਵੀ ਯੂਜ਼ ਕੀਤਾ ਜਾਂਦਾ ਵਾ ਜਿਵੇਂ ਜਰਨਲਿਸਟ ਆਣਾ ਜਰਨਲਿਸਟ ਆ ਜਾਂ ਵਿਸਲ ਬਲੋਅਰ ਆ ਜਿਵੇਂ ਐਡਵਰਟਸ ਨੋਡਨ ਅਰ ਗਿਆ ਉਹ ਆਪਦੀ ਉਹ ਆਨ ਆਬਵੀਅਸਲੀ ਉਹ ਆਪਦਾ ਡਾਟਾ ਪਬਲਿਕ ਚਾਤੋ ਰੱਖਣਗੇ ਉਹਨੂੰ ਕੋਈ ਵੀ ਟਰੈਕ ਕਰ ਸਕਦਾ ਹਨਾ ਜਾਂ ਜਿਹਦੇ ਕੋਲ ਕੋਈ ਸੀਕ੍ਰੀਟ ਇਨਫੋਰਮੇਸ਼ਨ ਆ ਜਰਨਲਿਸਟ ਆ ਜਿਹੜੇ ਕੋਈ ਫਸੇ ਹੋਏ ਹਨਾ ਇਹੋ ਜੀਆਂ ਕੰਟਰੀਜ਼ ਚ ਜਿੱਥੇ ਉਹਨਾਂ ਨੂੰ ਖਤਰਾ ਵਾ ਉਹ ਦੀ ਇਨਫੋਰਮੇਸ਼ਨ ਵੈਬ ਤੇ ਪਾਉਣ ਦੀ بجائے ਸਰਫਸ ਵੈਬ ਤੇ ਪਾਉਣ ਦੀ بجائے ਡੀ ਵੈਬ 'ਚ ਆਪ ਦੇ ਕੰਟੈਕਟ ਕਰ ਸਕਦੇ ਹੋ ਉੱਥੇ ਪਬਲਿਸ਼ ਕਰ ਸਕਦੇ ਹਨ ਵੀ ਉੱਥੋਂ ਕੋਈ ਵੀ ਐਕਸੈਸ ਕਰ ਸਕਦਾ ਜਿਵੇਂ ਇਹ ਕਹਿ ਰਿਹਾ ਕਰਨਾ ਨਾ ਵੀ ਉਹ ਚੀਜ਼ ਜਿਹੜਾ ਨਾਲੇ ਜ਼ਿਆਦਾ ਲੋਡ ਆ ਵੈਸੇ ਵੀ ਉਹ ਹੈਲਪਫੁਲ ਆ ਉਸ ਵੇਚ ਤੇ ਇਹ ਕੋਈ ਵੀ ਐਕਸੈਸ ਕਰ ਸਕਦਾ ਇਸ ਚੀਜ਼ ਨੂੰ ਤੇ ਇਹ ਲੀਗਲ ਆ ਪਰ ਇਹਦੇ ਵਿੱਚ ਗਲਤ ਚੀਜ਼ਾਂ ਹੋ ਰਹੀਆਂ ਵਾਂ ਉੱਥੇ ਜਾ ਕੇ ਗੜਬੜਾ ਆ ਜਾਂਦੀ ਆ ਵੀ ਉੱਥੇ ਜਿਵੇਂ ਹੁਣ ਮੈਂ ਕਹਿ ਰਿਹਾ ਵੀ ਹੈ ਨਾ ਉੱਥੇ ਡਰੱਗਸ ਵੀ ਵੇਖਦੇ ਆ ਉੱਥੇ ਚਾਈਲਡ ਪੋਰਨੋਗ੍ਰਾਫੀ ਹੈਗੀ ਆ ਉੱਥੇ ਵੈਪਨ ਵਗੈਰਾ ਵੈਪਨਸ ਵੇਖਦੇ ਆ ਯਾਰ ਉੱਥੇ ਆ ਮਤਲਬ ਆਏ ਵੀ ਤੁਸੀਂ ਜੋ ਜੋ ਤੁਸੀਂ ਸੋ ਹਾਲਾ ਕਿ ਠੀਕ ਹੈ ਕਈ ਗੱਲਾਂ ਤਾਂ ਨਾ ਮੇਰਾ ਮਤਲਬ ਤੁਹਾਡਾ ਵੀ ਤੁਹਾਡਾ ਯਕੀਨ ਕਰਨ ਨੂੰ ਦਿਲ ਮੰਨ ਨਹੀਂ ਕਰਦਾ ਜਿਆ ਜੋ ਵੀ ਆ ਨਾ ਤੁਸੀਂ ਡਿਨਾਇਲ ਚੁੰਨੇ ਹੋ ਠੀਕ ਹੈ ਹਿਊਮਨ क्रੂਲਟੀ ਦੀਆਂ ਗੱਲਾਂ ਤੇ ਮੈਂ ਵਿਸ਼ਵਾਸ ਕਰ ਸਕਦਾ ਹਨਾ ਕਿਵੇਂ ਨਾ ਕਿਵੇਂ ਆਪਾਂ ਆਪਦੇ ਆਪਦੇ ਚਲੋ ਜੇ ਆਪਾਂ ਬਲੀਵ ਦੀ ਗੱਲ ਕਰੀਏ ਯਾ ਜਿਵੇਂ ਆਪਾਂ ਐਕਸਪੈਰੀਮੈਂਟਾਂ ਦੇ ਵੀ ਗੱਲਾਂ ਕਰਦੇ ਆਪਾਂ ਵਰਲਡ ਵਾਰ ਦਾ ਵੀ ਦੇਖਿਆ ਵੀ ਕੀ ਕੁਝ ਹੋਇਆ ਹਨਾ ਲੋਕਾਂ ਨੇ ਕੀਤਾ ਹਨਾ ਤੇ ਪਰ ਆਇਆ ਵੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਡੇ ਬਾਈ ਡੇ ਡੇ ਬਾਈ ਡੇ ਕੌਨਸਪੀਰੇਸੀਆਂ ਲਾਲਾ ਜਾਂ ਇਹ ਉਹ ਬਹੁਤ ਹੀ ਝਾਗੀਆਂ ਆਉਂਦੀਆਂ ਨੇ ਹਨਾ ਤਾਂ ਫਿਰ ਉਹ ਐ ਵੀ ਲੱਗਣ ਲੱਗ ਜਾਂਦਾ ਵੀ ਯਾਰ ਵੀ ਵੀ ਇਜ਼ ਇਟ ਵੀ ਵਾਕਈ ਵੀ ਹੈ ਵੀ ਆ ਕੁਝ ਇਜ਼ ਇਟ ਹਨਾ ਵੀ ਉਹ ਵੀ ਚੀਜ਼ ਹੈ ਤੇ ਬਾਕੀ ਇਹ ਇਹ ਵੀ ਚੀਜ਼ ਆ ਵੀ ਹੁਣ ਆਪਾਂ ਨੋਰਮਲ ਬ੍ਰਾਊਜ਼ਰ ਯੂਜ਼ ਕਰਦੇ ਹਨਾ ਹੁਣ ਹਰ ਰੋਜ਼ ਹਨਾ ਕਿੰਨੇ ਆ ਹਾਲ ਤੋਂ ਕੋਸ਼ਕਾ ਸਾਲ ਪਹਿਲਾਂ ਕਿੰਨੀਆਂ ਆ ਗ੍ਰਾਫਿਕ ਵੀਡੀਓਜ਼ ਆਉਂਦੀਆਂ ਹੁੰਦੀਆਂ ਨੇ ਸਾਹਮਣੇ ਹੁਣ YouTube ਤੋਂ ਤਾਂ ਪਾਉਂਦਾ ਹੀ ਨਹੀਂਗਾ YouTube ਤੇ ਤਾਂ ਨਾਲ ਦੀ ਨਾਲ ਉਹ ਡਿਲੀਟ ਕਰ ਦਿੰਦੇ ਹਨ ਤੇ ਉਹ ਜਿਹੜਾ ਕੰਟੈਂਟ ਜਿਹੜਾ ਕਿ ਆ ਆਮ ਲੋਕਾਂ ਲਈ ਥੋੜਾ ਜਿਹਾ ਇਹਨਾਂ ਨੂੰ ਡਿਸਟਰਬਿੰਗ ਹੋਊਗਾ ਉਹ ਸਾਰਾ ਤੁਹਾਨੂੰ ਕੀ ਲੱਗਦਾ ਉਹ ਗੈਬ ਹੋ ਜਾਂਦਾ ਉਹ ਸਾਰਾ ਡੀਪ ਡੀਪ ਵੈਬ ਤੇ ਪਿਆ ਉਹ ਸਾਰਾ ਕੁਝ ਹਨਾ ਹਾਲਾਂਕਿ ਆਪਾਂ ਉਹਨੂੰ ਪ੍ਰੋਮੋਟ ਨਹੀਂ ਕਰਦੇ ਪਰ ਉਹ ਉਹਨੂੰ ਉੱਥੇ ਪਾ ਦਿੱਤਾ ਜਾਂਦਾ ਵਾ ਉੱਥੇ ਗਲਤ ਚੀਜ਼ਾਂ ਹੁੰਦੀਆਂ ਹਨਾ ਕਿਉਂਕਿ ਤੂੰ ਜੇ ਆਪਦੀ ਪਛਾਣ ਲਘੋ ਕੇ ਹੀ ਜੇ ਤੂੰ ਇੱਕ ਹੋਸਟ ਕਰ ਰਿਹਾ ਹਾਂ ਨਾ ਪਾਰਟੀ ਇੱਕ ਸਾਡੀ ਕਿ ਮੈਂ ਉੱਥੇ ਮੇਰਾ ਡਾਟਾ ਪਿਆ ਇੱਥੋਂ ਆ ਕੇ ਵੇਖੋ ਉਹ ਕਿਸੇ ਨੂੰ ਪਤਾ ਹੀ ਨਹੀਂਗਾ ਕਿ ਕੌਣ ਕਰ ਰਿਹਾ ਹੋਸਟ